हेलो, अज मैं तुहानू कैनेडा दे विच बस ट्रैवल किवें हुंदा उहदे बारे इनफॉर्मेशन देवांगी। जिवें कि तुसी देख रहे हो, ये एक बस स्टॉप है। इत्थे तुहानू डिफरेंट लोकेशनस ते जाण लई डिफरेंट डिफरेंट बसेस मिल जाणगियां। इत्थे की डिफरेंट हुंदा है कि तुहानू जिहड़ी तुसी लोकेशन ते जाणा, तुहानू उस लोकेशन ते जाण दे लई किहड़ी बस चाहीदी आ, तुहानू उस बस दा नंबर पता होना चाहीदा। जिमें हुण ये बस आई है, इस बस का नंबर की है 133 होल्डम स्टेशन। तो जिमें अगर मैं जिथे जाना तो मैं हुण इस बस की लोड़ है, तो मैं उस बस दे स्टेशन ते आके खड़ गई हूँ। मैनू इत्थे सब तो वधिया गल की लगती है कि लोग ना जदों बस से भी चढ़ना हुंदा है तो सारे कैनेडियंस की करते हैं, एक लाइन च खड़े हुंदे ने। जिहड़ा पहला आया वह पहला चढ़ेगा, जिहड़ा बाद विच आया वह बाद विच चढ़ेगा। कोई हफड़ा दफड़ी नहीं हुंदी सीट लैण दी कि मैं जाना मैनू सीट मिलनी चाहीदी आ। सब बड़े आराम दे नाल बस से भी चढ़ते हैं। आ तुसीं हुण देखिआ ही आ कि किन्ने आराम नाल चढ़े ने, किसी नूं किसी नाल कोई मतलब नहीं। ਤੇ ਹੁਣ ਗੱਲ ਆਉਂਦੀ ਹੈ ਕਿ ਤੁਹਾਨੂੰ ਬੱਸ ਦੇ ਵਿੱਚ ਟਿਕਟ ਕਿਵੇਂ ਮਿਲਦੀ ਹੈ। ਬੱਸ ਦੇ ਵਿੱਚ ਇੱਥੇ ਕੋਈ ਕੰਡਕਟਰ ਨਹੀਂ ਮਿਲਣਾ, ਤੁਹਾਨੂੰ ਕੀ ਚਾਹੀਦਾ? ਕਾਰਡ ਚਾਹੀਦਾ ਹੈ। ਇਹ ਕਾਰਡ ਨੂੰ ਕੀ ਕਿਹਾ ਜਾਂਦਾ? ਕੰਪਸ ਕਾਰਡ ਕਿਹਾ ਜਾਂਦਾ। ਹਾਂਜੀ, ਹੁਣ ਮੇਰੀ ਵਾਰੀ ਆ ਗਈ ਹੈ, ਮੇਰੀ ਬੱਸ ਆ ਰਹੀ ਹੈ ਅਤੇ ਮੈਂ ਬੱਸ ਦੇ ਵਿੱਚ ਟਰੈਵਲ ਕਰਨ ਲਈ ਤਿਆਰ ਹਾਂ। ਮਾਸਕ ਆਰ ਮੈਨੀਡੇਟਰੀ, ਮਾਸਕ ਤੋਂ ਬਿਨਾਂ ਤੁਸੀਂ ਟਰੈਵਲ ਨਹੀਂ ਕਰ ਸਕਦੇ ਬੱਸ ਦੇ ਵਿੱਚ। ਅਤੇ ਹੁਣ ਅਸੀਂ ਚੜ੍ਹ ਰਹੇ ਹਾਂ, ਤਾਂ ਸਿੰਪਲ ਤੁਸੀਂ ਕੀ ਕਰਨਾ, ਜਦੋਂ ਤੁਸੀਂ ਚੜ੍ਹਨਾ ਤਾਂ ਤੁਸੀਂ ਉਹ ਆਪਣੇ ਕੰਪਸ ਕਾਰਡ ਨੂੰ ਟੈਪ ਕਰਨਾ। ਟੈਪ ਕੀਤਾ ਦੈਟ ਮੀਨ ਕੀ ਆ, ਉਹਦੇ 'ਚ ਜੋ ਮਨੀ ਹੋਏਗੀ ਉਹ ਡਿਡਕਟ ਹੋ ਗਈ, ਤੁਹਾਨੂੰ ਕੀ ਆ ਬੱਸ ਦੇ ਵਿੱਚ ਬੈਠਣ ਦੀ ਪਰਮਿਸ਼ਨ ਮਿਲ ਗਈ। ਹੁਣ ਤੁਸੀਂ ਜਿਵੇਂ ਦੇਖ ਰਹੇ ਹੋ ਇੱਥੇ ਕੀ ਹੈ, ਲੋਗੋ ਬਣਿਆ ਹੋਇਆ। ਇਸ ਲੋਗੋ ਦਾ ਮਤਲਬ ਕੀ ਹੈ ਕਿ ਜਿਹੜੇ ਡਿਸੇਬਿਲਟੀਜ਼ ਵਾਲੇ ਪਰਸਨਸ ਨੇ, ਜਿਨ੍ਹਾਂ ਕੋਲ ਵੀਲ ਚੇਅਰਸ ਨੇ, ਜਾਂ ਜਿਹੜੇ ਸੀਨੀਅਰ ਸਿਟੀਜ਼ਨਸ ਨੇ, ਜਾਂ ਉਹ ਲੋਕ ਜਿਨ੍ਹਾਂ ਕੋਲ ਬੇਬੀਜ਼ ਹੁੰਦੇ ਨੇ, ਇਹ ਜਗ੍ਹਾ ਉਹਨਾਂ ਦੇ ਲਈ ਹੀ ਰੱਖੀ ਹੁੰਦੀ ਹੈ ਕਿ ਉਹਨਾਂ ਨੇ ਇੱਥੇ ਆ ਕੇ ਬੈਠਣਾ ਗਾ। ਉਹਨਾਂ ਨੂੰ ਪ੍ਰਾਇਓਰਟੀ ਦਿੱਤੀ ਗਈ ਹੁੰਦੀ ਹੈ ਇੱਥੇ ਬੈਠਣ ਦੇ ਲਈ। ਵੈਸੇ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ, ਇੱਥੇ ਕੋਈ ਵੀ ਆ ਕੇ ਬੈਠ ਸਕਦਾ ਗਾ, ਬਟ ਅਗਰ ਸੀਨੀਅਰ ਸਿਟੀਜ਼ਨਸ ਆ ਜਾਂਦੇ ਨੇ ਜਾਂ ਇਹ ਪ੍ਰਾਇਓਰਟੀਜ਼ ਵਾਲੇ ਲੋਕ ਆ ਜਾਂਦੇ ਨੇ, ਤਾਂ ਜੋ ਹੋਰ ਲੋਕ ਇੱਥੇ ਬੈਠੇ ਹੁੰਦੇ ਨੇ ਉਹ ਆਪਣੇ ਆਪ ਇੱਥੋਂ ਉੱਠ ਜਾਂਦੇ ਨੇ।